ਮੱਸੇ ਰੰਗੜ ਦਾ ਕਹਿੰਦੇ ਇੱਕ ਚੀਜ਼ ਕੋਈ ਸੁਣਾ ਦਿਓ, ਕਿਉਂਕਿ ਉਹਨੇ ਵੀ ਹਰਿਮੰਦਰ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਬੜੀ ਘੋਰ ਬੇਦ ਵੀ ਕੀਤੀ ਸੀ। ਤੇ ਇੱਕ ਜੋੜਾ ਆਇਆ ਸੀ ਉਦੋਂ ਉੱਠ ਕੇ, ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ, ਉਹਨਾਂ ਨੇ ਆਣ ਕੇ ਮੱਸੇ ਰੰਗੜ ਦਾ ਸਿਰ ਕਿੱਡਾ ਵੱਡਿਆ ਸੀ। ਕਹਿੰਦੇ ਸਿੰਘ ਵੀ ਇਹ ਮੈਂ ਸੁਣਨਾ ਚਾਹੁੰਦਾ, ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਫਿਰ 5 ਕੁ ਮਿੰਟ ਦੀ ਸ਼ਾਂਤੀ ਜ਼ਰੂਰ ਬਖਸ਼ਿਓ। ਭਾਈ ਸੁੱਖਾ ਸਿੰਘ ਮਹਤਾਬ ਸਿੰਘ ਬੀਕਾਨੇਰ ਦੀ ਧਰਤੀ ਤੋਂ ਚੱਲ ਕੇ ਆਏ ਸਨ, ਲੰਬਰਦਾਰਾਂ ਦਾ ਉਹਨਾਂ ਨੇ ਭੇਸ ਬਣਾਇਆ, ਠੀਕਰੀਆਂ ਗੋਲ ਕਰਕੇ ਉਹਨਾਂ ਨੇ ਬੋਰੀ ਭਰ ਕੇ ਮੋਢੇ ਤੇ ਰੱਖੀ ਹੈ। ਤੇ ਜਿੱਥੇ ਮੱਸਾ ਚੌਧਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੰਜਾ ਲਾ ਕੇ ਬੈਠਾ ਸੀ, ਸ਼ਰਾਬ ਪੀ ਰਿਹਾ ਸੀ, ਹੁੱਕਾ ਪੀ ਰਿਹਾ ਸੀ, ਕੰਜਰੀ ਨੱਚ ਰਹੀ ਸੀ, ਵਾਜਾ ਵੱਜ ਰਿਹਾ ਸੀ, ਤਪਲਾ ਕੁੱਟਿਆ ਜਾ ਰਿਹਾ ਸੀ, ਉਹਦੇ ਵਿੱਚ ਮੰਜਾ ਡਾਹ ਕੇ ਬੈਠਾ ਨੱਥਾ ਚੌਧਰੀ। ਇਹ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਦੋਵੇਂ ਵੀਰ, ਇੱਕ ਹੈ ਜ਼ਿਮੀਦਾਰਾਂ ਦਾ ਮੁੰਡਾ ਜੱਟ ਤੇ ਇੱਕ ਹੈ ਰੰਗਰੇਟਿਆਂ ਦਾ ਮੁੰਡਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਦੋਵੇਂ ਭਰਾ ਬਾਜਾ ਵਾਲੇ ਦੇ ਪੁੱਤਰ ਲੈ ਕੇ ਉਹ ਫੈਸਲਾ ਕਿ ਮੱਸੇ ਦਾ ਸਿਰ ਵੱਢ ਕੇ ਲਿਆਵਾਂਗੇ, ਇਹਨਾਂ ਇੱਕ ਖਾਲਸੇ ਦੇ ਨਾਲ ਪ੍ਰਣ ਕੀਤਾ ਸੀ ਕਿ ਮੱਸੇ ਦਾ ਸਿਰ ਵੱਢ ਕੇ ਅਸੀਂ ਖਾਲਸੇ ਪੰਥ ਦੇ ਪੈਰਾਂ ਤੇ ਰੱਖਾਂਗੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਨੇ ਭੇਸ ਬਣਾਇਆ, ਭੇਸ ਬਣਾ ਕੇ ਮੰਜ਼ਲਾਂ ਨੂੰ ਕਰਕੇ ਤੈਅ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਜਿੱਥੇ ਲੇਚੀ ਬੇਰ ਹੈ, ਜਿੱਥੇ ਪ੍ਰਸ਼ਾਦ ਲੈਂਦੇ ਆਪਾਂ, ਉਸ ਬੇਰੀ ਨਾਲ ਘੋੜੇ ਬੱਧੇ ਨੇ, ਦੋਵਾਂ ਗੁਰੂ ਕੇ ਖਾਲਸੇ ਨੇ ਹੱਥ ਜੋੜ ਕੇ ਪਹਿਰਾਵਾ ਬਦਲਿਆ ਹੋਇਆ, ਕਿਉਂਕਿ ਬਾਣੀ ਕਹਿੰਦੀ ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜੇ ਵਕਤ ਨੂੰ ਵਿਚਾਰ ਕੇ ਚੱਲਦੇ ਨੇ ਉਹ ਬੰਦਾ ਹੈ, ਜਿਹੜਾ ਵਕਤ ਨੂੰ ਨਹੀਂ ਵਿਚਾਰਦਾ ਉਹ ਬੰਦਾ ਅਖਵਾਉਣ ਦੇ ਕਾਬਲ ਨਹੀਂ। ਇਹਨਾਂ ਵਕਤ ਨੂੰ ਵਿਚਾਰਿਆ, ਪਹਿਰਾਵਾ ਦੂਸਰਾ ਧਾਰਿਆ ਹੋਇਆ ਸੀ, ਇਹ ਦੋਵੇਂ ਅੰਦਰ ਲੰਘੇ ਨੇ। ਇਹਨਾਂ ਨੇ ਅਰਦਾਸ ਕੀਤੀ, ਗੁਰੂ ਰਾਮਦਾਸ ਮਹਾਰਾਜ ਤੁਹਾਡੇ ਅਸਥਾਨ ਦੀ ਬੇਦਵੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਹੈ, ਕਿਰਪਾ ਕਰਕੇ ਬਲ ਬਖਸ਼ਿਓ। ਅਰਦਾਸ ਕਰਕੇ 84 ਕਦਮ ਨੇ, 84 ਕਦਮ ਦਰਸ਼ਨੀ ਡਿਓੜੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 84 ਕਦਮ ਹੈ, 84 ਕਦਮ ਦਾ ਸਫ਼ਰ ਤੈਅ ਕੀਤਾ ਹੈ। ਕੀ ਵੇਖਿਆ ਸਾਹਮਣੇ, ਮੱਸਾ ਰੰਗੜ ਹੁੱਕਾ ਪੀ ਰਿਹਾ ਹੈ, ਕੰਜਰੀਆਂ ਨੱਚ ਰਹੀਆਂ ਨੇ, ਵਾਜਾ ਵੱਜ ਰਿਹਾ ਹੈ, ਤਬਲਾ ਵੱਜ ਰਿਹਾ ਹੈ, ਸ਼ਰਾਬ ਦੇ ਦੌਰ ਚੱਲ ਰਹੇ ਨੇ। ਤੇ ਜਾਂਦਿਆਂ ਸਾਰ ਸੁੱਖਾ ਸਿੰਘ ਨੇ ਜਿਹੜੀ ਬੋਰੀ ਸੀ ਨਾ ਠੀਕਰੀਆਂ ਦੀ, ਉਹ ਮਾਰੀ ਮੱਸੇ ਦੇ ਪੈਰਾਂ ਵਿੱਚ ਘੁਮਾ ਕੇ, ਤੇ ਨਾਲ ਹੀ ਕਹਿ ਦਿੱਤਾ, ਚੌਧਰੀ ਸਾਹਿਬ ਗਿਣ ਲਓ ਮਾਇਆ, ਅਸੀਂ ਮਾਮਲਾ ਗ੍ਰਹਿ ਕੇ ਲਿਆਏ ਹਾਂ। ਉਹ ਕਹਿੰਦਾ ਤੁਸੀਂ ਗਿਣਿਆ ਹੀ ਹੋਣਾ। ਕਹਿੰਦੇ ਨਹੀਂ, ਵੇਖ ਲਓ ਇੱਕ ਵਾਰੀ। ਜਦੋਂ ਉਹਨੇ ਸਿਰ ਨੀਵਾਂ ਕਰਕੇ ਮੰਜੇ ਦੇ ਥੱਲੇ ਝਾਕਣ ਦੀ ਕੋਸ਼ਿਸ਼ ਕੀਤੀ, ਤੇ ਭਾਈ ਮਹਿਤਾਬ ਸਿੰਘ ਨੇ ਮੌਕਾ ਸੰਭਾਲ ਕੇ ਆਪਣੀ ਫਿਰ 3 ਫੁੱਟੀ ਸ੍ਰੀ ਸਾਹਿਬ ਕੱਢ ਕੇ ਜ਼ੋਰ ਨਾਲ ਸਿਰ ਤੇ ਮਾਰੀ ਹੈ, ਤੇ ਮੱਸੇ ਦਾ ਧੜ ਉਹ ਰਿੜ ਗਿਆ।
ਵਿੱਚ ਵਾਪਸੀ ਚਾਲਾ ਮਾਰ ਦਿੱਤਾ ਹੈ। ਜਿਹੜੇ ਸੇਵਾਦਾਰ ਨੇ ਰਾਹ ਚ ਰੋਕਿਆ ਸੀ ਨਾ ਵੀ ਕਿੱਥੇ ਚੱਲੇ, ਕਹਿੰਦੇ ਮਾਮਲਾ ਦੇਣ, ਕਹਿੰਦੇ ਸਾਡਾ ਹਿੱਸਾ। ਮਹਤਾਬ ਸਿੰਘ ਕਹਿੰਦਾ ਜੇ ਤੇ ਸਾਡੇ ਆਉਣ ਤੱਕ ਰਹੋਗੀ ਇੱਥੇ ਤੇ ਤੁਹਾਡਾ ਹਿੱਸਾ ਜ਼ਰੂਰ ਦੇ ਕੇ ਜਾਵਾਂਗੇ। ਤੇ ਜਦੋਂ ਸਾਹਮਣੇ ਵੇਖਿਆ ਵੀ ਮੱਸੇ ਦਾ ਸਿਰ ਉਹ ਟੰਗੀ ਆਉਂਦੇ ਨੇ ਗੁਰੂ ਕੇ ਲਾਲ, ਤੇ ਜਿਹੜੇ ਉਹਦੇ ਨੇੜਲੇ ਸੇਵਾਦਾਰ ਸੀ ਨਾ ਨਾਲ ਰਹਿਣ ਵਾਲੇ ਸਾਰੇ ਭੱਜ ਗਏ, ਨੱਠ ਗਏ। ਮਹਤਾਬ ਸਿੰਘ ਨੇ ਆਵਾਜ਼ ਮਾਰੀ, ਕਹਿੰਦਾ ਠਹਿਰ ਓਏ, ਆਪਣਾ ਵੀ ਹਿੱਸਾ ਲੈ ਕੇ ਜਾਈ। ਗੁਰੂ ਕੇ ਖਾਲਸਾ ਤੇ ਹਿੱਸੇ ਵੰਡਣਾ ਹੈ, ਆਪਣਾ ਹਿੱਸਾ ਵੀ ਲੈ ਕੇ ਜਾਈ। ਤੇ ਭੱਜਾ ਹੋਇਆ ਕਹਿੰਦਾ ਮੇਰਾ ਹਿੱਸਾ ਵੀ ਇਹਨੂੰ ਦੇ ਦਿਓ। ਸਾਹਮਣੇ ਆ ਰਹੀ ਸੀ ਮੱਸੇ ਦੀ ਘਰ ਦੀ ਰੋਟੀਆਂ ਲੈ ਕੇ, ਮੱਸੇ ਦੀ ਘਰ ਦੀ। ਤੇ ਭੱਜਦਾ ਹੋਇਆ ਕਹਿਣ ਲੱਗਾ ਬੇਗਮ ਸਾਹਿਬਾ ਇੱਥੋਂ ਮੁੜ ਜਾ, ਅੱਜ ਮੱਸੇ ਨੇ ਰੋਟੀ ਨਹੀਂ ਖਾਣੀ। ਉਹ ਕਹਿੰਦੀ ਕਿਉਂ, ਮੈਂ ਤੇ ਮੱਸੇ ਵਾਸਤੇ ਆਪਣੀ ਚੌਧਰੀ ਵਾਸਤੇ ਰੋਟੀ ਮੈਂ ਲੈ ਕੇ ਆਉਣੀ, ਮੇਰੇ ਥੋ ਖਾਂਦਾ ਹੈ। ਕਹਿੰਦੇ ਅੱਜ ਉਹਨੇ ਰੋਟੀ ਖਾ ਲਈ ਤੇ ਉਹ ਗੁੱਸੇ ਨਾਲ ਕਹਿੰਦੀ ਕਿਹੜੀ ਔਂਤਰੀ ਹੈ, ਕਿਹੜੀ ਨਖੱਤਿਆਂ ਨੂੰ ਖਾਣੀ ਹੈ ਜਿਹੜੀ ਉਹਨੂੰ ਰੋਟੀ ਖਵਾ ਗਈ। ਉਹ ਕਹਿੰਦੀ ਔਂਤਰੀਆਂ ਨੂੰ ਖਾਣੀ ਨਹੀਂ, ਔਂਤਰੀਆਂ ਨੂੰ ਖਾਣੇ ਆਏ ਨੇ, ਉਹ ਐਸੀ ਰੋਟੀ ਖਵਾ ਕੇ ਹੁਣ ਭੁੱਖ ਨਹੀਂ ਲੱਗਣੀ। ਉਹ ਵੇਖ ਤੇਰੇ ਮੱਸੇ ਦਾ ਸਿਰ ਗੁਰੂ ਕਾ ਖਾਲਸਾ ਨੇਜੇ ਤੇ ਐਂ ਟੰਗੀ ਆ ਰਿਹਾ। ਬੁੱਢਾ ਸਿੰਘ, ਭਾਈ ਬੁੱਢਾ ਸਿੰਘ ਜੀ ਜੋ ਉਸ ਸਮੇਂ ਜਥੇ ਦੀ ਕਮਾਨ ਕਰ ਰਹੇ ਸਨ, ਜੋ ਖਾਲਸੇ ਨਾਲ ਉਹਨਾਂ ਨੇ ਵਾਅਦਾ ਕਰਕੇ ਉੱਥੇ ਚੱਲੇ ਸਨ, ਉਸ ਵਾਅਦੇ ਨੂੰ ਪੂਰਾ ਕੀਤਾ। ਉਹਨਾਂ ਨੇ ਜਾ ਕੇ ਖਾਲਸਾ ਪੰਥ ਦੇ ਕਦਮਾਂ ਤੇ ਜਾ ਕੇ ਮੱਸੇ ਦਾ ਸਿਰ ਧਰ ਦਿੱਤਾ। ਇਹੀ ਇਤਿਹਾਸ ਨਾ ਕਿਸੇ ਮਾਤਾ ਨੇ ਸੁਣਿਓ, ਆ ਜਿਹੜੀ ਮੈਂ ਗੱਲ ਕਹਿਣ ਲੱਗਾ ਸਾਰੇ ਸੁਣਿਓ ਬੜੇ ਧਿਆਨ ਨਾਲ। ਇਹੀ ਇਤਿਹਾਸ ਕਿਸੇ ਮਾਤਾ ਨੇ ਆਪਣੇ ਪੋਤਿਆਂ ਨੂੰ ਸੁਣਾ ਤਾ, ਜਿਹੜਾ ਮੈਂ ਸੁਣਾਇਆ ਤੁਹਾਨੂੰ। ਤੇ ਅਗਲੇ ਦਿਨ ਵਿਆਹ ਸੀ ਪੈਲਸ ਦੇ ਵਿੱਚ, ਦਾਦੀ ਆਪਣੇ ਪੋਤਿਆਂ ਨੂੰ ਪੋਤੀਆਂ ਨੂੰ ਲੈ ਕੇ ਪੈਲਸ ਵਿੱਚ ਵਿਆਹ ਤੇ ਚਲੇ ਗਈ। ਉੱਥੇ ਜਦੋਂ ਡੀਜੇ ਵੱਜੇ, ਨਾਚ ਹੋਇਆ, ਗਾਉਣ ਵਾਲੀਆਂ ਆਈਆਂ, ਸ਼ਰਾਬਾਂ ਦੇ ਦੌਰ ਚੱਲੇ, ਤੇ ਉਹ ਬੱਚੇ ਪਤਾ ਕੀ ਕਹਿੰਦੇ, ਕਹਿੰਦੇ ਦਾਦੀ ਚੱਲ ਭੱਜ ਚੱਲੀਏ ਹੁਣ ਆਪਾਂ ਇੱਥੇ। ਉਹ ਵੇਖੋ ਸ਼ਰਾਬ ਵੀ ਵਰਤਾਈ ਜਾ ਰਹੀ ਹੈ, ਕੰਜਰੀਆਂ ਵੀ ਨੱਚ ਰਹੀਆਂ ਨੇ, ਡੀਜੇ ਵੀ ਵੱਜ ਰਹੇ, ਭੰਗੜੇ ਵੀ ਪੈ ਰਹੇ ਨੇ, ਤੇ ਕਿਤੇ ਸੁੱਖਾ ਸਿੰਘ ਮਹਤਾਬ ਸਿੰਘ ਨਾ ਆ ਜੇ ਤੇ ਕਿਤੇ ਸਿਰ ਨਾ ਵੱਢਣੇ ਸ਼ੁਰੂ ਕਰ ਦੇ। ਤੇ ਉਸ ਦਾਦੀ ਨੇ ਪਤਾ ਕੀ ਕਿਹਾ, ਕਹਿੰਦੀ ਬੱਚੇ ਉਹ ਡਰਨ ਦੀ ਲੋੜ ਨਹੀਂ, ਅੱਜ ਸੁੱਖਾ ਸਿੰਘ ਮਹਤਾਬ ਸਿੰਘ ਨਾਲ ਹੀ ਨੱਚ ਰਹੇ ਨੇ, ਜਿਨ੍ਹਾਂ ਨੇ ਸਿਰ ਵੱਢਣੇ ਸੀ ਉਹ ਅੱਜ ਨਾਲ ਹੀ ਨੱਚ ਰਹੇ ਨੇ, ਜਿਨ੍ਹਾਂ ਨੇ ਚੀਜ਼ਾਂ ਨੂੰ ਰੋਕਣਾ ਸੀ ਉਹ ਨਾਲ ਹੀ ਪੀ ਰਹੇ ਨੇ, ਉਹ ਨਾਲ ਹੀ ਨੱਚ ਰਹੇ ਨੇ, ਡਰਨ ਦੀ ਲੋੜ ਨਹੀਂ। ਆਹ ਹਾਲ ਅੱਜ ਦੇ ਸਮੇਂ ਦਾ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਸਾਡੇ ਭਾਈ ਗੋਪੀ ਜੀ ਗਦਲੀ ਤੋਂ 100 ਲੱਖ ਦਵੜਾ ਮਾਣ, ਹੋਰ ਨਿਹੰਗ ਸਿੰਘ ਫੌਜਾਂ ਵੱਲੋਂ, ਬਹੁਤ ਸਾਰੀਆਂ ਸੰਗਤਾਂ ਵੱਲੋਂ ਬੇਅੰਤ ਜਥੇ ਨੂੰ ਮਾਣ ਆਇਆ। ਸਤਿਗੁਰ ਕਿਰਪਾ ਕਰਨ, ਮੈਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਸਿੰਘ ਜੀ ਜੋ ਸਕਤੀ ਸਾਹਿਬਾਨ ਨੇ, ਉਹਨਾਂ ਨੇ ਸਮਾਂ ਦੇ ਕੇ ਨਿਵਾਜਿਆ। ਸਤਿਗੁਰੂ ਪਾਤਸ਼ਾਹ ਜੀ ਮਾਰ ਕਿਰਪਾ ਕਰਨ। ਅੰਤ ਵਿੱਚ ਬੇਨਤੀ ਕਰਾਂਗਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿੰਘ ਸੱਜੋ, ਬਾਣੀ ਬਾਣੇ ਨਾਲ ਜੁੜੋ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ, ਆਪਣੇ ਮਾਂ ਬਾਪ ਦੀ ਵੀ ਸੇਵਾ ਕਰਿਆ।
ਅੱਜ ਅਸੀਂ ਮਾਂ ਬਾਪ ਦੀ ਸੇਵਾ ਤੋਂ ਕਾਫੀ ਦੂਰ ਹੋ ਗਏ ਕਿ ਸ਼ਹਿਰ ਕਹਿੰਦਾ ਮਾਂ ਕੀ ਦੁਆ ਕਦੇ ਖਾਲੀ ਨਹੀਂ ਜਾਂਦੀ, ਮਾਂ ਕਿਸੇ ਨੂੰ ਅਸੀਸ ਦੇ ਉਹਦੀ ਅਸੀਸ ਨਹੀਂ ਜੇ ਕਦੇ ਖਾਲੀ ਜਾਂਦੇ, ਮਾਂ ਦੀ ਅਸੀਸ ਲੈ ਕੇ ਦੇਖਿਓ। ਅੱਜ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਮੇਰੀ ਆਪਣੀ ਕੋਈ ਵਿਧਵਤਾ ਪੜ੍ਹਾਈ ਨਹੀਂ, ਮੇਰੀ ਮਾਂ ਦੀ ਅਸੀਸ ਹੈ। ਮਾਂ ਕੀ ਦੁਆ ਕਦੇ ਖਾਲੀ ਨਹੀਂ ਜਾਂਦੀ, ਉਹਦੀ ਬਦਦੁਆ ਵੀ ਕਦੇ ਟਾਲੀ ਨਹੀਂ ਜਾਂਦੀ। ਜਿਹੜੇ ਹਾਲ ਅੰਦਰ ਹੋਵੇ ਮਾਰਾ ਜੀ, ਜਿਹੜੇ ਹਾਲ ਅੰਦਰ ਹੋਵੇ ਮਾਰਾ ਜੀ, ਉਸੇ ਹਾਲ ਅੰਦਰ ਬੀਬਾ ਜੀ ਲਿਆ ਕਰ। ਉੱਚੇ ਬੋਲ ਨਾ ਮਾਂ ਨੂੰ ਕਦੇ ਬੋਲੀ, ਮਾਂ ਦੇ ਸਾਹਮਣੇ ਜੇਕਰ ਦੌਲਦਾ ਛੋੜਦਾ ਦੀ ਲੋੜ ਤੋਹਫਾ, ਚਰਨ ਧੋ ਕੇ ਮਾਵੇ ਪੀ ਲਿਆ ਕਰੀ, ਚਰਨ ਧੋ ਕੇ ਮਾਂ ਦੇ ਪੀ ਲਿਆ ਕਰੀ। ਮਾਂ ਕੀ ਦੁਆ ਕਦੇ ਖਾਲੀ ਨਹੀਂ ਜਾਂਦੀ, ਉਹਦੀ ਬਦਦੁਆ ਵੀ ਕਦੇ ਟਾਲੀ ਨਹੀਂ ਜਾਂਦੀ। ਭਾਂਡੇ ਮਾਂਜ ਕੇ ਵੀ ਤਿੰਨ ਚਾਰ ਬੱਚੇ ਇੱਕ ਮਾਂ ਪਾਲਦੀ ਹੈ, ਪਰ ਚਾਰ ਬੱਚਿਆਂ ਕੋਈ ਇੱਕ ਮਾਂ ਸੰਭਾਲੀ ਨਹੀਂ ਜਾਂਦੀ। ਇੱਕ ਸ਼ਹਿਰ ਕਹਿੰਦਾ ਕੁੱਤਾ ਰੋਵੇ ਚੁੱਪ ਕਰਾਉਂਦੀ ਦੁਨੀਆ ਦੇਖੀ ਮੈਂ। ਸਾਡੇ ਘਰ ਲਾ ਕੇ ਕੁੱਤਾ ਰੋਂਦਾ ਹੋਵੇ ਨਾ ਕਹਿੰਦੇ ਚੁੱਪ ਕਰਾਓ, ਕੁੱਤੇ ਦਾ ਰੋਣਾ ਚੰਗਾ ਨਹੀਂ ਹੁੰਦਾ। ਕੁੱਤਾ ਰੋਵੇ ਚੁੱਪ ਕਰਾਉਂਦੀ ਦੁਨੀਆ ਦੇਖੀ ਮੈਂ, ਬੰਦਾ ਰੋਵੇ ਹੋਰ ਰੋਂਦੀ ਦੁਨੀਆ ਦੇਖੀ ਮੈਂ। ਜਿਉਂਦੇ ਜੀ ਜਿਸ ਮਾਂ ਪਿਓ ਨੂੰ ਰੋਟੀ ਦਿੱਤੀ ਨਾ, ਮਰਿਆ ਪਿੱਛੋਂ ਲੰਗਰ ਲਾਉਂਦੀ ਦੁਨੀਆ ਦੇਖੀ ਮੈਂ, ਮਰਿਆ ਪਿੱਛੋਂ ਸ਼ਰਾਧ ਕਰਾਉਂਦੀ ਦੁਨੀਆ ਦੇਖੀ। ਭਲਿਓ ਫੁੱਲ ਕਦੇ ਦੁਬਾਰਾ ਨਹੀਂ ਖਿੜਦੇ, ਜਨਮ ਕਦੇ ਦੁਬਾਰਾ ਨਹੀਂ ਮਿਲਦੇ, ਮਿਲਦੇ ਨੇ ਜ਼ਿੰਦਗੀ 'ਚ ਲੋਕ ਹਜ਼ਾਰਾਂ, ਪਰ ਹਜ਼ਾਰਾਂ ਗਲਤੀਆਂ ਨੂੰ ਮਾਫ਼ ਕਰਨ ਵਾਲੇ ਮਾਂ ਪਿਓ ਦੁਬਾਰਾ ਨਹੀਂ ਮਿਲਦੇ। ਇਸ ਕਰਕੇ ਮਾਂ ਬਾਪ ਦੀ ਵੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਦੀ ਰੱਜ ਕੇ ਸੇਵਾ ਕਰੋ। ਸਤਿਗੁਰ ਕਿਰਪਾ ਕਰਨ ਸਭ ਦਾ ਧੰਨਵਾਦ। ਧੰਨਵਾਦ ਕਰਦਾ ਵਿਸ਼ੇਸ਼ ਤੌਰ 'ਤੇ ਸਾਡੇ ਨਿਰਵੈਰ ਟੀਵੀ ਚੈਨਲ ਵਾਲੇ ਵੀਰ ਜੀ ਜੋ ਸਾਰਾ ਪ੍ਰੋਗਰਾਮ ਰਿਕਾਰਡ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਭੇਜ ਰਹੇ ਨੇ, ਔਰ ਤੁਹਾਨੂੰ ਕਿਤੇ ਵੀ ਲੋੜ ਪਵੇ ਇਸ ਵੀਰ ਦੇ ਨਾਲ ਜ਼ਰੂਰ ਸੰਪਰਕ ਕਰ ਲੈਣਾ ਆਪ ਜੀ ਨੇ। ਸਭ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।